हाँ जी दोस्तों, बहुत बहुत स्वागत करते हैं जी एक नवी वीडियो दे विच। ते अज आपां पहुंचे हैं जी ज्ञानी इंप्लीमेंट बरनाला, जो कि कल्टीवेटर जिंदरे सुहागे इहजा किसान वाले जिन्हें भी इंप्लीमेंट्स है वह बनाउंदे आ जी। तो ये हैगे आ जी 17 कल्टीवेटर, ठीक है जी। तुसीं देख सकते हो ये पूरी टैन, ये देखो तो ये देख तुसीं टैन देख सकते हो। तो आपां पूरी डिटेल है जिहड़ी बाई तो लैंदे आ। ਤੇ ਬਾਈ ਹੋਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਅਕਸਰ ਪਹਿਲਾਂ ਆਪਣੇ ਫੋਨ ਤੇ ਗੱਲਬਾਤ ਹੁੰਦੀ ਰਹੀ ਬਿਲਕੁਲ ਜੀ ਬਿਲਕੁਲ ਨਾਲ, ਤੇ ਮੈਂ ਕਹਾਂ ਤਾਂ ਮੈਨੂੰ ਗਾਈਡ ਹੀ ਬਾਈ ਨੇ ਕੀਤਾ ਸਟਾਰਟਿੰਗ ਤੋਂ ਪਹਿਲਾਂ, ਉਦਾਂ ਵੀਡੀਓ ਮੈਂ ਸਟਾਰਟ ਕੀਤੀਆਂ ਸੀਗੀਆਂ ਤੇ ਬਾਈ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ, ਤੇ ਬਾਈ ਨੇ ਕਹਿਣਾ ਹਮੇਸ਼ਾ ਵੀ ਤੁਸੀਂ ਬੋਲ ਕੇ ਜਾਂ ਦੱਸ ਕੇ ਵੀਡੀਓ ਪਾਇਆ ਕਰੋ, ਹੈ ਨਾ। ਬਿਲਕੁਲ ਜੀ, ਉਸ ਚੀਜ਼ ਦਾ ਤੋਂ ਅੱਜ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਹੈਗਾ, ਤੇ ਥੈਂਕ ਯੂ। ਤੇ ਔਰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇ ਵੀਡੀਓ ਜੀ। ਤੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਵੀਰੋ, ਕਹਿ ਲਈਏ ਕਿ ਕਲਟੀਵੇਟਰਾਂ ਦੇ ਵਿੱਚ ਤਾਂ ਸਾਡੀ ਹੁਣ ਤੀਜੀ ਪੀੜ੍ਹੀ ਚੱਲ ਰਹੀ ਹੈ, ਨਾਮ ਆਪਣਾ ਕਲਟੀਵੇਟਰਾਂ ਦੇ ਵਿੱਚ ਤੁਸੀਂ ਸਾਰੇ ਜਿਵੇਂ ਕਿ ਜਾਣਦੇ ਹੋਵੋਗੇ ਜੀ। ਸੋ ਅੱਜ ਆਪਾਂ ਦਿਖਾ ਰਹੇ ਹਾਂ 17 ਹਲ ਨੇ ਜੀ ਫੋਲਡਿੰਗ ਵਾਲੇ, ਹਾਂ, ਤੇ ਨਾਲ ਹੀ 19 ਹਲ ਨੇ ਫੋਲਡਿੰਗ ਵਾਲੇ। ਇਹ 17 ਹੈ ਜੀ, ਇਹ 17 13 ਤੋਂ 17 ਫੋਲਡਿੰਗ ਵਾਲੇ ਨੇ। ਇਹ ਮੈਨੂਅਲ ਚ ਨੇ ਜੀ, ਹਾਈਡ੍ਰੋਲਿਕ ਵੀ ਤਿਆਰ ਕਰਦੇ ਆਪਾਂ ਜੀ। ਇਹਦੇ ਵਿੱਚ ਜਿਹੜਾ ਫਰੇਮ ਲੱਗਿਆ ਜੀ, ਮੈਨੇ 80x80 ਦਾ ਫਰੇਮ ਲੱਗਿਆ ਹੋਇਆ ਹੈ ਜੀ, 6mm ਦੀ ਥਿਕਨੈਸ ਵਾਲਾ ਜੀ। ਮੋਸਟਲੀ ਫਰਮਾਂ ਵਾਸ਼ਲਾਂ ਪਾ ਕੇ ਨਟ ਪਾਉਂਦੀਆਂ ਨੇ ਗੀਆਂ, ਆਪਣੀ ਥਿਕਨੈਸ ਹੀ ਹੈਵੀ ਕੀਤੀ ਹੋਈ, ਆਪਾਂ ਵਾਸ਼ਲ ਨਹੀਂ ਪਾਉਂਦੇ। ਅੱਛਾ ਜੀ। ਸਪੋਜ਼ ਕਰੋ ਜੇ ਕੋਈ ਜੜ ਜਾਂ ਕੁਝ ਵੀ ਲੱਗਦਾ ਤਾਂ ਇਹ ਨਹੀਂ ਹੋਊਗਾ ਵੀ ਬੋਲਟ ਦੇ ਵਿੱਚ ਜਾਊ ਪਾਈਪ ਦੇ, ਠੀਕ ਹੈ। ਔਰ ਬਾਕੀ ਜਿਹੜੀ ਹਿੱਚ ਲੱਗੀ ਹੈ ਇਹਦੀ ਹੈਵੀ ਡਿਊਟੀ 2.5 ਇੰਚ 500 ਦੀ ਹਿੱਚ ਲੱਗੀ ਹੋਈ ਹੈਗੀ ਜੀ ਜੀ। ਔਰ ਅਸੈਸਰੀ ਵਗੈਰਾ ਲੱਗੀ ਹੋਈ ਹੈਗੀ, ਜਿਹੜੀ ਟਾਈਨ ਹੈ ਇਹਦੀ 2.5 ਇੰਚੀ ਟਾਈਨ ਡੀਲਕਸ ਮਾਡਲ ਦੇ ਵਿੱਚ ਆ ਜੀ, ਇੱਥੋਂ ਕਹਿ ਲਈਏ ਆਪਾਂ ਬਿਨਾਂ ਜੋੜ ਤੋਂ ਟਾਈਨ ਆ ਜੀ ਇਹ, ਠੀਕ ਹੈ ਜੀ। ਔਰ ਬਾਕੀ ਇਹਦਾ ਗੈਪ ਆ ਜਿਹੜਾ ਤਕਰੀਬਨ ਅਗਲੇ ਤੋਂ ਪਿਛਲੇ ਫਾਲੇ ਦਾ ਟਾਈਨ, ਅਗਲੀ ਸਿੱਧੀ ਹੋਣ ਦੇ ਕਾਰਨ ਅੱਛਾ ਗੈਪ ਬਣ ਜਾਂਦਾ, ਵੀ ਗੀਲੇ ਵਗੈਰਾ ਦੀ ਕੋਈ ਦਿੱਕਤ ਨਹੀਂ ਆਉਂਦੀ। ਬਿਲਕੁਲ ਜੀ ਬਿਲਕੁਲ, ਬਾਕੀ ਸੋਹਣੇ ਬਣੇ ਆ ਜੀ ਕਲਟੀਵੇਟਰ, ਸੋਹਣੇ ਬਣੇ ਆ ਕਿ ਇਹਦਾ ਟਾਇਰ ਲੱਗਿਆ ਹੋਇਆ 12x12 ਦਾ ਠੋਸ ਜੀ, ਤੇ ਸਟੀਅਰਿੰਗ ਨਾਲ ਐਡਜਸਟਮੈਂਟ ਆ ਜੀ, ਤੁਸੀਂ ਇਹਨੂੰ ਸੂਤ ਭਰ ਵੀ ਹਿਲਾ ਸਕਦੇ ਹੋ, ਟਾਇਰ ਨੂੰ ਚਾਨੀਮਾ ਕਰ ਸਕਦੇ ਹੋ ਇਦਾਂ। ਬਿਲਕੁਲ ਜੀ ਬਿਲਕੁਲ, ਬਾਕੀ ਦੋਸਤੋ ਤੁਹਾਨੂੰ ਦਿਖਾਉਣੇ ਆ ਅਸੀਂ ਹੋਰ ਕਰ। ਤੇ ਦੋਸਤੋ ਇਹ ਆ ਜਿਹੜੇ 5620 ਟਰੈਕਟਰ ਦੇ ਆ, ਠੀਕ ਹੈ। ਤੁਹਾਨੂੰ ਦਿਖਾਉਣੇ ਆ ਜੀ ਆਪਾਂ 19 ਕਲਟੀਵੇਟਰ, ਇਹ 19 ਕਲਟੀਵੇਟਰ ਹੈ ਜੀ। ਇਹ 5630 ਦੇ ਹੈ, ਉਹ 5620 ਦੇ ਹੈ, ਇੱਕ ਘਰ ਹੀ ਜਾਣੇ ਆ ਦੋਨੇ ਇਹ। ਤੇ ਇਹ ਤੁਸੀਂ ਦੇਖ ਸਕਦੇ ਹੋ, ਮੰਨ ਲਓ ਬਹੁਤ ਸੋਹਣੇ ਹਲ ਬਣੇ ਹੋਏ ਆ, ਇਹ ਦੇਖੋ ਬਹੁਤ ਵਧੀਆ ਡਿਜ਼ਾਈਨ ਹੈ। ਇਹ ਇਹਨਾਂ ਦੇ ਕੰਟੈਕਟ ਨੰਬਰ ਹੈ ਜੀ, ਤੁਸੀਂ ਇਹਨਾਂ ਨੂੰ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਤੇ ਇਹ ਵੀ ਬਹੁਤ ਸੋਹਣੇ ਹਲ ਬਣਾਏ ਆ, ਇਹ ਦੇਖ ਸਕਦੇ ਹੋ ਤੁਸੀਂ। ਇਹ 75 HP ਲਈ 19 ਕਲਟੀਵੇਟਰ ਹੈ। ਤੇ ਇਹ ਬਾਈ ਜੀ ਇਹ ਕਿੰਨੇ ਆ ਜੀ? ਇਹ 15 ਕਲਟੀਵੇਟਰ ਨੇ ਜੀ, ਇਹ 60-55 2 ਵੀਲ ਦੇ ਲਈ ਬਣਾਏ ਗਏ ਨੇ। ਇਹ 60-55 2 ਵੀਲ ਲਈ ਹੈ। ਇਹ 11 ਤੋਂ 15 ਨੇ ਜੀ। 11 ਤੋਂ 15? ਹਾਂਜੀ ਹਾਂਜੀ, ਮੰਨ ਲਓ 11 ਕਰਨੇ ਆ 11 ਵੀ, 15 ਕਰਨੇ ਆ 15 ਵੀ। ਹਾਂਜੀ ਹਾਂਜੀ। ਬਾਕੀ ਇੱਕ ਚੀਜ਼ ਜਿਹੜਾ ਹੋਰ ਖਾਸੀਅਤ ਆ, ਮੈਂ ਕਿ ਅਸੀਂ ਟਾਇਰ ਤਾਂ ਸੁਜੈਸਟ ਹੀ ਨਹੀਂ ਕਰਦੇ ਜੀ, ਮਤਲਬ ਕਿ ਆਪਣੇ ਤਾਂ ਲਾ ਲਓ ਵੀ ਉਹਨਾਂ ਦੇ ਗਏ ਵੀ ਹੋਏ ਨੇ ਜਾਂ ਆਰਡਰ ਵੀ ਨੇ ਆਪਣੇ ਕੋਲ, ਜਿਹੜੇ ਕਿ ਵਿਦਆਊਟ ਟਾਇਰਾਂ ਤੋਂ। ਅਗਰ ਔਨ ਡਿਮਾਂਡ ਤੇ ਜੇ ਕਸਟਮਰ ਦਾ ਰਿਕੁਆਇਰਮੈਂਟ ਹੁੰਦੀ ਆ, ਆਪਾਂ ਉਦਾਂ ਟਾਇਰਾਂ ਦੀ ਸਬਮਿਟ ਵੀ ਕਰ ਦਿੰਦੇ ਆ, ਟਾਇਰ ਜਿੱਦਾਂ ਦੇ ਚਾਹੀਦੇ ਆ, ਕੋਈ ਚੌੜੇ ਜਿੱਦਾਂ ਦੇ ਵੀ, ਹਰ ਪ੍ਰਕਾਰ ਦੇ ਉਸ ਤਰ੍ਹਾਂ ਦੇ ਆਪਾਂ ਟਾਇਰ ਲਾ ਦਿੰਦੇ ਹਾਂ। ਬਾਕੀ ਹਿੱਚ ਵਗੈਰਾ ਕਿਸੇ ਨੂੰ ਡਿਜ਼ਾਈਨ ਦਾ ਜਾਂ ਚੇਂਜ, ਬਈ ਮੰਨ ਲਓ ਆਪਦੇ ਅਕੋਰਡਿੰਗ ਕੋਈ ਕਰਵਾਉਣਾ ਚਾਹੁੰਦਾ ਤਾਂ ਉਵੇਂ ਕਰ ਦਿੰਦੇ ਹਾਂ, ਕਰ ਦਿੰਦੇ ਹਾਂ। ਤੁਹਾਨੂੰ ਕੋਈ ਡਿਜ਼ਾਈਨ ਦੇਵੇ ਤਾਂ ਉਵੇਂ ਬਣਾ ਦਿੰਦੇ ਹਾਂ। ਜੀ 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 ਜੀ, ਇਹ ਤੁਸੀਂ ਦੇਖ ਸਕਦੇ ਹੋ ਜੀ, ਇਹ ਵੀ ਬਹੁਤ ਸੋਹਣੇ ਕਲਟੀਵੇਟਰ ਹੈ ਦੇਖੋ। ਬਾਕੀ ਇਹ ਇਹਨਾਂ ਦੇ ਨੰਬਰ ਹੈ ਜੀ, ਜ਼ਿਆਦਾ ਜਾਣਕਾਰੀ ਖਾਤਰ ਇਹਨਾਂ 'ਤੇ ਕਾਲ ਕਰ ਸਕਦੇ ਹੋ। ਤੁਹਾਨੂੰ ਇੱਕ ਬੱਟਾ ਪਾਉਣ ਵਾਲਾ ਜਿੰਦਰਾ ਦਿਖਾਉਣੇ ਆ ਜੀ, ਉਹ ਵੀ ਇਹਨਾਂ ਨੇ ਉਹਦੀ ਟੈਸਟਿੰਗ, ਕੋਈ ਵੀ ਇਹ ਕਲਟੀਵੇਟਰ ਬਣਾਉਂਦੇ ਤਾਂ ਪਹਿਲਾਂ ਚਲਾ ਕੇ ਜ਼ਰੂਰ ਦੇਖਦੇ ਆ, ਅਤੇ ਉਹ ਤੁਹਾਨੂੰ ਚਲਾ ਕੇ ਦਿਖਾਉਣੇ ਆ ਆਪਾਂ। ਅਤੇ ਇਹ ਜਿਹੜਾ ਬਾਈ ਤੁਸੀਂ ਜਿੰਦਰਾ ਬਣਾਇਆ ਹੈਗਾ, ਉਹਦੇ ਵਿੱਚ ਕੀ ਖਾਸੀਅਤ ਹੈ ਜੀ? ਇਹਦੇ ਵਿੱਚ ਤਾਂ ਸਭ ਤੋਂ ਮੇਨ ਖਾਸੀਅਤ ਹੈ ਚਾਬੀ ਪਾਣਾ ਚੱਕਣ ਦੀ ਲੋੜ ਨਹੀਂ ਪੈਂਦੀ ਜੀ। ਜੀ ਹਾਂਜੀ। ਅਤੇ ਬਾਕੀ ਜਿਵੇਂ ਸਾਈਡ 'ਤੇ ਖਾਲਣਾ, ਮਿੱਟੀ ਲਾਉਣੀ ਆ ਜਾਂ ਬਟਨਾ ਮਿੱਟੀ ਚੜਾਉਣੀ ਆ, ਤਾਂ ਆਪਾਂ ਬਿਨਾਂ ਚਾਬੀ ਪਾਣੇ ਚੱਕੇ ਤੁਸੀਂ ਉੱਥੇ ਹੀ ਆਪਾਂ ਤਵਾ ਘੁਮਾ ਕੇ ਹਾਂਜੀ ਤੇ ਉਹ ਦਿਖਾਗੇ ਜੀ ਆਪਾਂ। ਹਾਂਜੀ ਹਾਂਜੀ ਬਿਲਕੁਲ ਜੀ। ਇਹ ਪਹਿਲਾਂ ਇਹਨਾਂ ਨੂੰ ਟੈਸਟ ਕਰਨਾ ਜੀ, ਤਾਂ ਹੀ ਇਸ 'ਤੇ ਪੇਂਟ ਵਗੈਰਾ ਨਹੀਂ ਹੋਇਆ ਹੈਗਾ। ਇਹ ਤੁਸੀਂ ਦੇਖ ਸਕਦੇ ਹੋ ਜੀ, ਇੱਥੋਂ ਇਹਨੂੰ ਖੋਲ੍ਹ ਕੇ ਤੇ ਸਿੱਧਾ ਹੀ ਤੁਸੀਂ ਬਸ ਇਹ ਵੀ ਇਹਨਾਂ ਨਾਲ ਹੀ ਜਾਣਾ ਬਾਈਆਂ ਨੇ, ਇੱਕੋ ਹੀ ਘਰੇ ਜਾਣਾ ਸਾਰਾ ਸਮਾਨ। ਤੇ ਇਹ ਤੁਸੀਂ ਦੇਖ ਸਕਦੇ ਹੋ, ਉਦੋਂ ਬਾਅਦ 'ਚ ਇਹਨੂੰ ਪੇਂਟ ਹੋਊਗਾ, ਤੇ ਇਹ ਬਹੁਤ ਜਦੋਂ ਪੇਂਟ ਹੋ ਗਿਆ ਉਦੋਂ ਬਹੁਤ ਸੋਹਣਾ ਬਣ ਜੂਗਾ ਇਹ ਜੀ। ਇਹਦੇ ਵਿੱਚ ਕਹਿ ਲਈਏ 26 ਇੰਚ ਦਾ ਡਿਸਕ ਆ ਜੀ। ਅੱਛਾ ਜੀ। ਜਿਹੜੀ ਮੇਨ ਇਹਦਾ ਹੱਬ ਕਹਿ ਲੈਂਦੇ ਹਾਂ ਕਿ ਇਹ ਹੈਵੀ ਡਿਊਟੀ ਹੈ ਸਕੂਲ ਇਹਦਾ ਜੀ। ਜੀ। ਜਦੋਂ ਕਈ ਵਾਰ ਆਪਾਂ ਅਣਜਾਣ ਡਰਾਈਵਰ ਲੱਗੇ ਲਗਾ ਘੁਮਾ ਦਿੰਦਾ ਗਾ, ਇੱਥੇ ਗੋਲਾ ਟੁੱਟਦੇ ਆ, ਇਹ ਹੈਵੀ ਡਿਊਟੀ ਸਕੂਲ, ਮੰਨ ਲਓ ਕੋਈ ਇਹਨੂੰ ਦਿੱਕਤ ਨਹੀਂ ਆਊਗੀ, ਕੋਈ ਦਿੱਕਤ ਨਹੀਂ ਆਉਂਦੀ। ਬਾਕੀ ਇਹਦਾ ਵੇਟ ਲੰਬਸਮ ਹੈਗਾ ਜੀ, 1 ਕੁਇੰਟਲ 80-85 ਕਿਲੋ ਦੇ ਨੀਅਰ ਅਬਾਊਟ ਹੈਵੀ ਡਿਊਟੀ ਤਿਆਰ ਕੀਤਾ ਗਿਆ। ਇਹਨੂੰ ਆਪਾਂ ਚਲਾ ਕੇ ਦਿਖਾਈਏ ਜੀ। ਹਾਂਜੀ ਹਾਂਜੀ, ਚਲਾ ਕੇ ਦਿਖਾਓ ਜੀ ਚਲਾ ਕੇ। ਤੇ ਲਓ ਜੀ ਤੁਹਾਨੂੰ ਦਿਖਾਉਣੇ ਆ ਆਪਾਂ ਚਲਾ ਕੇ, ਚਲਾਓ ਜੀ। ਇਹ ਇਸ ਤਰ੍ਹਾਂ ਚੱਲਦਾ ਜੀ,
ਤੇ ਤੁਹਾਨੂੰ ਆਪਾਂ ਚੇਂਜ ਕਰਕੇ ਵੀ ਦਿਖਾਉਣੇ ਆ ਜੀ। ਬਸ ਰੋਕ ਲਓ ਜੀ, ਇਹਨੂੰ ਚੇਂਜ ਕਰੋ ਜੀ, ਇੱਧਰ ਮੋੜ ਲਓ। ਇਹ ਦੇਖੋ ਜੀ, ਇਹ ਹੁਣ ਇੱਥੋਂ ਚੇਂਜ ਹੋਊਗਾ ਵੀ। ਆਹ ਦੇਖੋ, ਆਹ ਬਸ ਖੋਲੋ, ਇਸ ਤਰ੍ਹਾਂ ਘੁਮਾਓ ਜੀ। ਇਹ ਦੇਖੋ ਹੁੱਕ ਗਿਆ, ਬਹੁਤ ਹੀ ਸੌਖਾ ਕੰਮ, ਬੜਾ ਹੀ ਈਜ਼ੀ ਕੰਮ ਹੈ ਜੀ। ਇੱਧਰ ਦਾ ਵੀ ਹੋ ਗਿਆ, ਇਹ ਦੇਖੋ ਜੀ, ਨਾਲ ਮਿੱਟੀ ਲਾਉਣੀ ਹੈ ਕਾਸੇ ਦੀ ਵੀ, ਕਿਵੇਂ ਵੀ ਤੁਸੀਂ ਲਾ ਸਕਦੇ ਹੋ, ਬਹੁਤ ਵਧੀਆ ਚੀਜ਼ ਹੈ। ਕੋਈ ਪਾਨਾ ਪੂਨਾ ਕੁਛ ਵੀ ਚੱਕਣ ਦੀ ਜ਼ਰੂਰਤ ਨਹੀਂ ਜੀ। ਇਸ ਤਰ੍ਹਾਂ ਮੰਨ ਲਓ ਕਿਤੇ ਵੀ ਇਹਨੂੰ ਤੁਸੀਂ ਆਪਦੇ ਹਿਸਾਬ ਨਾਲ ਜਿੱਥੇ ਜੀ ਕਰਦਾ ਗਾ ਉੱਥੇ ਇਹਨੂੰ ਸੈੱਟ ਕਰ ਸਕਦੇ ਹੋ, ਅਤੇ ਬਹੁਤ ਵਧੀਆ ਚੀਜ਼ ਬਣਾਈ ਹੈ ਮਿਹਨਤ ਕਰਕੇ। ਇਹ ਦੇਖੋ ਜੀ, ਇਹਨੂੰ ਆਪਾਂ ਬਿਲਕੁਲ ਸਿਰੇ 'ਤੇ ਕਰਤਾ ਜੀ, ਇਹਨੂੰ ਵੀ ਸਿਰੇ 'ਤੇ ਕਰਤੇ, ਇੱਧਰੋਂ ਵੀ ਸਿਰੇ 'ਤੇ ਕਰਕੇ, ਅਤੇ ਲਓ ਜੀ ਇਹ ਜਿਵੇਂ ਹੁਣ ਆਪਾਂ ਸਿਰੇ 'ਤੇ ਲਾ ਕੇ ਬਟਨਾ ਮਿੱਟੀ ਲਾਉਣੀ ਹੈ, ਉੱਥੇ ਵੀ ਵਧੀਆ ਮਿੱਟੀ ਲਾਊਗਾ ਜੀ ਇਹ। ਦੇਖੋ ਜੀ, ਬਟਨਾ ਮਿੱਟੀ ਲਾ ਸਕਦੇ ਹੋ ਤੁਸੀਂ, ਦੇਖੋ ਕੰਧਨਾ ਕਿਵੇਂ ਚੜਾਈ ਮਿੱਟੀ। ਬਹੁਤ ਵਧੀਆ ਚੀਜ਼ ਹੈ ਜੀ। ਬਾਕੀ ਠੀਕ ਹੈ ਦੋਸਤੋ, ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਫੋਲੋ ਕਰਿਓ। ਥੈਂਕ ਯੂ ਜੀ।